ਮੇਰੀਆਂ ਭੈਣਾਂ ਦਾ ਹੋਰ ਸਾਰੇ ਵਧੀਆ ਠੀਕ ਠਾਕ ਆ। ਅੱਜ ਦਿਨ ਹੈਗਾ ਪੰਜਵਾਂ, ਪ੍ਰਧਾਨ ਜੀ ਪਟਾਕਾ ਪਾਉਣ ਵਾਲਾ, ਫੈਟ ਲੂਜ਼ ਵਾਲਾ ਕਹਿ ਲਓ ਕਿ ਅੱਜ ਵਧੀਆ ਢੰਗ ਨਾਲ ਅੱਜ ਵੀ ਤੁਹਾਨੂੰ ਐਕਸਰਸਾਈਜ਼ਾਂ ਦੱਸਦਾ, 4 ਤੋਂ 5 ਐਕਸਰਸਾਈਜ਼ਾਂ ਦੱਸੂੰਗਾ, ਵੈਸੇ ਸਾਰੀਆਂ 5-5 ਹੀ ਦੱਸੀਆਂ। ਅਤੇ ਮੈਨੂੰ ਉਮੀਦ ਆ ਤੁਸੀਂ ਟਰਾਈ ਜ਼ਰੂਰ ਕਰਦੇ ਹੋਵੋਗੇ, ਇੱਦਾਂ ਨਾ ਹੋਵੇ ਤੁਸੀਂ ਟਰਾਈ ਨਾ ਕਰੋ। ਵੀਡੀਓ ਬਣਾਉਣ 'ਚ ਬਹੁਤ ਮਿਹਨਤ ਲੱਗਦੀ, ਵੈਸੇ ਤਾਂ ਅਸੀਂ ਐਕਸਰਸਾਈਜ਼ ਲਾਈ ਦੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਬਾਕੀ ਕਰਦੇ ਸ਼ੁਰੂ, ਫਿਰ ਤੁਹਾਨੂੰ ਦੱਸਦਾ, ਈਜ਼ੀ ਦੱਸੂੰਗਾ, ਬਿਲਕੁਲ ਈਜ਼ੀ ਦੱਸੂੰਗਾ ਤੁਹਾਨੂੰ। ਸਭ ਤੋਂ ਜਿਹੜੀ ਪਹਿਲੀ ਐਕਸਰਸਾਈਜ਼ ਲਾਣੀ ਉਹ ਆਲ ਹੀ ਲਾਉਣੀ ਆ ਆਪਾਂ ਨੇ। ਪਿੱਛੇ ਚਲੇ ਗਏ, ਆਹ ਇੱਕ ਹੋ ਗਿਆ, 5 ਲਾ ਲਓ। ਹੋ ਗਏ ਅਤੇ ਹੁਣ ਤੁਹਾਨੂੰ 5 ਤੋਂ 10 ਸੈਕਿੰਡ ਦੀ ਮਤਲਬ ਰੈਸਟ ਲੈਣੀ ਆ। ਰੈਸਟ ਦੇ ਵਿੱਚ ਬਾਹਾਂ ਬੂਹਾਂ ਘੁਮਾ ਲਓ ਜਿੱਦਾਂ ਮਰਜ਼ੀ, ਇੱਦਾਂ ਬਿਲਕੁਲ ਸੌਖਾ ਹੀ ਆ ਕੰਮ। ਡਿਫਰੈਂਟ ਦੇ ਨਾਲ ਵਧੀਆ ਦੱਸੂੰਗਾ ਜਿਹੜੀਆਂ ਅਸਰ ਕਰੇ ਸਰੀਰ ਦੇ ਉੱਤੇ। ਚਲੋ ਤੀਜਾ ਰਹਿ ਗਿਆ ਪਹਿਲੇ ਦਾ, ਫਰਕ ਉਸਤਾਦ ਜ਼ਰੂਰ ਪੈਣਾ ਲੇਕਿਨ ਕਰਨਾ ਤੁਹਾਨੂੰ ਆਪ ਪੈਣਾ। ਮੈਂ ਨਾਲ ਨਾਲ ਤੁਹਾਨੂੰ ਇਸ ਕਰਕੇ ਲਾਉਣਾ, ਵੀਡੀਓ ਨਹੀਂ ਬੰਦ ਕਰਦਾ 5 ਸੈਕਿੰਡ ਲਈ ਵੀ 10 ਸੈਕਿੰਡ ਵੀ, ਕਿ ਤੁਸੀਂ ਨਾਲ ਕਰੋ ਮੇਰੇ। ਮੋਬਾਈਲ ਸਾਈਡ 'ਤੇ ਰੱਖ ਦਿੱਤਾ, ਜੋ ਜੋ ਕਰਦਾ ਨਾਲ ਕਰੋ। ਜ਼ਿਆਦਾ ਔਖਾ ਨਹੀਂ ਦੱਸਣਾ, ਫਿਰ ਤੁਸੀਂ ਅੱਗੇ ਰਨਿੰਗ ਵੀ ਲਾ ਸਕਦੇ ਆ। ਤਾਂ ਇੱਥੋਂ ਪਿੱਛੋਂ ਈਜ਼ੀ ਜਾਣਾ 5
ਤੁਸੀਂ ਪਲੇਨ ਜਗ੍ਹਾ ਤੇ ਵੀ ਲਾ ਸਕਦੇ ਹੋ ਇੱਥੇ ਖੜਵੜੀ ਆ ਤਾਂ ਕਰਕੇ ਮੁੜ ਕੇ ਸਪ੍ਰਿੰਟ ਖਿੱਚ ਸਕਦੇ ਆ ਤੁਹਾਨੂੰ ਸਮਝ ਨਹੀਂ ਲੱਗਣੀ ਨਹੀਂ ਤਾਂ ਮੈਂ ਸਿੱਧੀ ਲਾ ਕੇ ਦੱਸ ਦਾਂਗਾ पाँच सैट हो गए ये दूजे के पाँच हो गए पाँच तो दस सैकेंड की रेस्ट पिज्जा आ जाओ तो ये आप पैर पै जाता ਕੰਮ ਬਹੁਤ ਕਰਨ ਵਾਲੀ ਆ ਵਾਲੀ ਐਕਸ਼ਨ ਦੇਖੀ ਦੂਰ ਸੀ ਦੋ ਈਜ਼ੀ ਵੀ ਆ ਬਹੁਤ ਜ਼ਿਆਦਾ ਈਜ਼ੀ ਆ ਕਰਿਓ ਇਹ ਨਹੀਂ ਕਿ ਕਿੰਨੇ ਸਟੈਪ ਲੈਣੇ ਵੈਸੇ ਤੁਸੀਂ ਪੰਜ ਤੋਂ ਸੱਤ ਸਟੈਪ ਲੈ ਸਕਦੇ ਅੱਠ ਤੋਂ ਦਸ ਲੈ ਸਕਦੇ ਅਤੇ ਦਸ ਤੋਂ ਬਾਰ੍ਹਾਂ ਲੈ ਸਕਦੇ ਉਹ ਤੁਹਾਡੀ ਇੱਛਾ ਆ ਹੌਲੀ ਹੌਲੀ ਤੋਂ ਸਟਾਰਟ ਕਰਿਓ ਮਤਲਬ ਥੋੜ੍ਹੇ ਥੋੜ੍ਹੇ ਤੋਂ ਕਿੰਨੇ ਹੋ ਗਏ ਯਾਰ ਚਾਰ ਤਿੰਨ ਤਿੰਨ ਇਹ ਸਾਫ ਜਗ੍ਹਾ ਤੇ ਟਰਾਈ ਕਰਿਓ ਸਾਡੇ ਤੋਂ ਤਾਂ ਗਲਤੀ ਹੋ ਗਈ ਆ ਘਾਹ ਦੇਖ ਕੇ ਨਾ ਇੱਥੇ ਲੱਪ ਹੈ ਵੈਸੇ ਸਾਫ ਜਗ੍ਹਾ ਤੇ ਟਰਾਈ ਕਰਿਓ ਤੁਸੀਂ ਫਰਸ਼ ਤੇ ਵੀ ਕਰ ਸਕਦੇ ਕੋਈ ਚੱਕਰ ਨਹੀਂ ਪੰਜ ਤਿੰਨ ਸੈੱਟ ਹੋ ਗਏ ਮੈਂ ਤੁਹਾਨੂੰ ਬਿਲਕੁਲ ਈਜ਼ੀ ਦੱਸਣਾ ਇੱਕ ਹੋਰ ਹੈ ਕਰਨਾ ਤੁਸੀਂ ਕਹਿ ਲਓ ਭੰਗੜਾ ਹੀ ਪਾਉਣਾ ਬਹੁਤ ਸੌਖਾ ਆ ਟਾਸ ਕਰਨਾ
ਆ ਪੰਜੇ ਦੇ ਪਹਿਲਾਂ 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2 1 2
जंप तुसी मठा मठा ला दे इदा दूसरे पैर ना लेना इनू बाह नू पहला इधर नू घुमाना फिर इधर घुमाना चक के बहुत ईजी आ पर घेंट आ ये भी चौथी आना चौथी की पहली हम दूजी बाबे करने वाले बनो इन्नी क ज़्यादा एक्सरसाइज अच ना पुछो जिनी मर्जी कर लो जिनी मर्जी ये नहीं मुक्नी कद वन टू नाल बिच बिच जिदा सैट मुकदा स्ट्रैच कर लिया करो उदा तुहानू फायदा तुहाडे लक ते जोर नहीं पैना हो गई चार हो गई लास्ट वाली रह गई दिल तो बहुत करता एक एक्सरसाइज ना एडवांस दसा पर तुसी करनी नहीं जिदा फ्रैश वाले ने बाकी तो चलो मेरे भरा कर लेंगे मेरे तो वधिया भी करते होंगे एक एडवांस दस दी नहीं यार लाइट लाइट ही दसी कुछ नहीं करना जिदा अभी तुम सीधा गए सी फिर इदा वापस आए थी इधर टोए ज्यादा हो इधर कर लें है ना बस तुम स्टे रहो मैं तुम दस दिना तुम बधा सकते घटा सकते जिदा मर्जी लागे कर दिसदा सेट हो गया बाबे इन्ने वधिया ना मैं नहीं कहना जिम माड़ा अही रूटीन च जे जिम भी करते ना जिहड़ी ये चीज़ आ मुंडे जिहड़े भर्ती वाले आ जां जिद्दां जिहड़ा फुरती आ चाहीदी आ उहनां लई तां सोना ही आ जिम दे विच बॉडी दा तुसीं भी एक वारी ट्राई करो हार्ड जी होवे घूमदे बंदे इदां असीं भी घूमदे हाँ इदां दी गल नहीं पर इह इहदे नाल रिलैक्स बहुत हुंदा ग्राउंड वाली एक्सरसाइज नाल मार नहीं खांदा एक मंजिल की दूजी मंजिल तो भी छाल मार दो बंदा अपने आप ना स्टेबल जहा कर लगा
ਜੋਰਾਂ ਦਾ ਹੋਵੇ। ਬਹੁਤ ਸੌਖਾ ਯਾਰ, ਬਸ ਕਰਨਾ ਤੁਹਾਨੂੰ ਪੈਣਾ। ਬਾਕੀ ਮੈਂ ਨਾ ਇੱਕ ਡਾਇਟ ਸ਼ੇਅਰ ਕੀਤੀ ਸੀ, ਮੇਰੀ ਪਰਸਨਲ ਡਾਇਟ ਆ ਉਹ ਕਹਿ ਲਓ। ਉਹਦੇ ਨਾਲ ਨਾ ਜਿੱਦਾਂ ਪ੍ਰੋਟੀਨ ਵੀ ਮਿਲਣਾ ਤੁਹਾਨੂੰ, ਇੱਕ ਐਨਰਜੀ ਬਹੁਤ ਆਉਂਦੀ, ਯਕੀਨ ਕਰਿਓ ਇੰਨੀ ਕਰਨੀ। ਤੁਸੀਂ ਇੱਕ ਵਾਰੀ ਟਰਾਈ ਕਰਿਓ ਉਹਨੂੰ ਲਗਾਤਾਰ ਨਾ 5-7 ਦਿਨ। ਕੈਪਸੂਲ ਟੀਕਾ ਤਾਂ ਹੈ ਨਹੀਂ ਜਿਹੜਾ ਨਾਲ ਹੀ ਅਸਰ ਕਰਨਾ, ਇਹ ਆ ਬਟ ਉਹ ਚੀਜ਼ ਬੰਬ ਆ। ਸਪਲੀਮੈਂਟ ਜਿਹੜੇ ਐਵੇਂ ਦੇ ਆ, ਸਟੀਰੋਇਡ ਵਗੈਰਾ, ਉਹ ਨਹੀਂ ਮੈਂ ਕਹਿੰਦਾ ਯੂਜ਼ ਕਰੋ। ਅਤੇ ਇੱਕ ਵੀਰ ਦਾ ਮੈਸੇਜ ਵੀ ਆਇਆ ਸੀ ਅੱਗੇ, ਭਾਅ ਜੀ ਕਿਹੜਾ ਸਟੀਰੋਇਡ ਯੂਜ਼ ਕੀਤਾ। ਭਰਾਵਾ ਸਟੀਰੋਇਡ ਵਾਲੀ ਬੋਡੀ ਲੱਗਦੀ ਆ, ਇਹ ਸਟੀਰੋਇਡ ਵਾਲੀ ਬੋਡੀ ਨਹੀਂ ਹੈਗੀ। ਤੁਸੀਂ ਮੈਨੂੰ ਵੀ ਹਾਸੇ ਜਿਹੇ ਵਾਰਤਾ, ਸਟੀਰੋਇਡ ਵਾਲੀ ਬੋਡੀ ਇੱਦਾਂ ਦੀ ਨਹੀਂ ਹੁੰਦੀ। ਆਪਾਂ ਕੋਈ ਗੇਮ ਨਹੀਂ ਕਰਨੀ, ਅਸੀਂ ਵੈਸੇ ਫਿੱਟ ਹੋਣਾ। ਗੁੱਸਾ ਨਾ ਕਰਿਓ ਮੇਰਾ ਵੀਰ, ਕਈ ਬੰਦੇ ਵਿੱਚ ਗਲਤ ਵੀ ਹੁੰਦੇ, ਚਲੋ ਅਸੀਂ ਪਰਵਾਹ ਨਹੀਂ ਕਰੀਦੀ, ਜਿਹੜਾ ਜੋ ਕਹਿੰਦਾ ਕਹਿ ਲੈਣ ਦਿਓ। ਬਾਕੀ ਇਹ ਆ ਸਟੀਰੋਇਡ ਕਦੀ ਨਾ ਲਓ ਯਾਰ, ਜੇ ਤੁਹਾਡੀ ਆਪਣੀ ਗੇਮ ਤੁਸੀਂ ਕਰਨੀ ਆ ਅੱਗੇ, ਉਹ ਵੀ ਕਿਸੇ ਦੀ ਸਲਾਹ ਨਾ ਮਤਲਬ ਲਿਓ। ਇੱਦਾਂ ਹੀ ਨਾ ਜਿਹੜੇ ਹੈਗੇ ਬੰਦੇ, ਆਹ ਲੈ ਲੈ ਇਹਦਾ ਆਹ ਹੋ ਜਾਣਾ, ਇਹਦਾ ਆਹ ਲੈ, ਐਵੇਂ ਨਾ ਕਰਿਓ। ਉਹ ਡਾਕਟਰ ਬਣ ਜਾਣਾ ਜਿਹਨੇ ਤੁਹਾਨੂੰ ਟੀਕੇ ਦੇਣੇ, ਤੁਸੀਂ ਉਹਦੇ ਮਰੀਜ਼ ਬਣ ਜਾਣਾ। ਸੋ ਨਾ ਇਹ ਚੀਜ਼ਾਂ ਤੋਂ ਦੂਰ ਰਹੋ ਮੇਰਾ ਵੀਰ, ਫਿਰ ਹੀ ਫਾਇਦਾ, ਨਹੀਂ ਤਾਂ ਦੁਨੀਆ 'ਤੇ ਬਹੁਤ ਕੁਛ ਵਿਕਦਾ, ਲੈਣ ਨੂੰ ਜੋ ਮਰਜ਼ੀ ਲੈ ਸਕਦੇ। ਇਹ ਤਾਂ ਜਸਟ ਫਿਟਨੈਸ ਆ ਕਿ ਬੰਦਾ, ਤੁਸੀਂ ਮੇਰੀ ਪਹਿਲਾਂ ਵੀ ਫੋਟੋ ਦੇਖੀ ਹੋਣੀ, ਮੈਂ ਸ਼ੋਟ ਪਾਇਆ ਸੀ। ਬਾਕੀ ਮੈਂ ਵੀਡੀਓ ਇੱਕ ਵਧੀਆ ਬਣਾ ਕੇ ਪਾਊਂਗਾ। ਪਹਿਲਾਂ ਕੀ ਸੀ, 1 ਕੁਇੰਟਲ 20 ਕਿਲੋ ਭਾਰ ਕਹਿਣ ਨੂੰ ਹੁੰਦਾ ਸੱਜਣਾ, ਅਤੇ ਤੋੜਨ ਲੱਗੇ ਪਤਾ ਲੱਗਦਾ 94 ਕਿਲੋ ਆ। ਬਾਕੀ ਇਹ ਵੇਟ ਲੂਜ਼ ਕਰਨਾ ਵਧਾਉਣਾ ਜਿੱਦਾਂ ਮਰਜ਼ੀ ਪੁੱਛੋ ਮੇਰਾ ਵੀਰ, ਕੋਈ ਕੋਸਟ ਨਹੀਂ। ਮੈਂ ਤਾਂ ਬਹੁਤ ਦੇਖਦਾ ਉਹ ਫਲਾਨੇ ਦੇ ਇੰਨੇ ਪੈਸੇ ਧੀਮਕੜੇ, ਚਲੋ ਠੀਕ ਆ, ਅਗਲਿਆਂ ਦਾ ਵਧੀਆ ਕੰਮ ਕਾਰ ਚੱਲਿਆ, ਕਿਸੇ ਦੀ ਰੋਟੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ। ਪਰ ਤੁਹਾਡਾ ਭਰਾ ਤੁਹਾਨੂੰ ਫ੍ਰੀ ਦੱਸੂਗਾ, ਆਪਣਾ ਪੂਰਾ ਵਧੀਆ ਦੱਸੂਗਾ। ਬਾਕੀ ਡਾਇਟੀਸ਼ਨ ਹੈਗੇ ਆਪਣੇ ਤੋਂ, ਉਹਨਾਂ ਦੀ ਸਲਾਹ ਦੇ ਨਾਲ ਵੀ ਤੁਹਾਨੂੰ ਮੈਂ ਦੱਸੂਗਾ ਜਿੱਦਾਂ ਵੀ ਹੈ। ਉਹਨਾਂ ਮੇਰੀ ਇਹ ਵੀ ਕੋਸ਼ਿਸ਼ ਰਹੂਗੀ ਕਿ ਉਹਨਾਂ ਦੀ ਜਿਹੜੀ ਡਾਇਟ ਆ ਉਹ ਵੀ ਮੈਂ ਤੁਹਾਨੂੰ ਫ੍ਰੀ ਦੱਸਾਂ, ਪੈਸਾ ਨਾ ਦੱਸੀ ਜਾਵਾਂ। ਬਾਕੀ ਮੇਰਾ ਵੀਰ ਪਿਆਰ ਕਰਦੇ ਰਹੋ, ਵੀ ਵਧੀਆ ਪਿਆਰ ਕਰਦੇ ਸਾਰੇ ਜਣੇ, ਅਤੇ ਅਸੀਂ ਲਿਆਉਂਦੇ ਰਹਿਣਾ ਅੱਗੇ ਤੋਂ ਅੱਗੇ ਤੁਹਾਡੇ ਹੌਸਲੇ ਨਾਲ ਆ। ਜਦੋਂ ਤੁਸੀਂ ਹੌਸਲਾ ਤੋੜਤਾ ਆਪਾਂ ਨੇ, ਪਤਾ ਨਹੀਂ ਫਿਰ ਬਣਾ ਹੋਣੀ ਕਿ ਨਹੀਂ ਬਣਾ ਹੋਣੀ, ਇਹ ਆ ਕਰਾਂਗੇ ਜ਼ਰੂਰ, ਪਰ ਫਿਰ ਵੀਡੀਓ ਨਹੀਂ ਬਣਨੀ ਵੀਰੇ। ਓਕੇ ਮੇਰਾ ਵੀਰ, ਸਾਰਿਆਂ ਨੂੰ ਬਾਏ।